ਆਹ ਸਾਨੂੰ ਬਾਪੂ ਜੀ ਮਿਲੇ ਆ ਅਤੇ ਆਹ ਤੁਸੀਂ ਦੇਖਿਓ ਬਾਪੂ ਕਿੰਨੀ ਹਾਈਟ ਹੈ ਆਪਣੀ छब्बी तो बाद इतो राह बंद कर दिता गया ते वो दूसरी साइड एक स्टेज आ जड़ी पैर भी नकली है यार इन्होंने सारा बेड़ा कर करता देखता अजकल दोस्तों सवेर हो चुकी है तो चाह पानी तो पी लिया तुम देख सकते हैं इन्ह की भी तैयारी हो चुकी है भी स्टेज वालू चले अभी उधर चले हम स्टेज वाल जाके तुम दिखाए उधर की माहौल है बापू जी मिले आते देखियो बापू कितनी हाइट है अपनी साढ़े छे तो दो इंच उत्ते लो जी साढ़े छे तो छब्बी तरीक ने आए बैठे छब्बी तो ठीक है ठीक है दो महीने हो गए जिला बनाला पिंड सीनी यार करा ਜੋ ਬਾਈ ਤੇਰੇ ਯਾਰ ਮੈਂ ਤੇਰੇ ਕੱਪੜੇ ਹੀ ਬੋਹਣ ਲਾਦੇ ਮੈਂ ਤੂੰ ਕਹਦੇ ਕਲਾਕਾਰ ਆਲਾ ਲੱਗੀ ਜਾਂਦਾ ਯਾਰ ਹਾਂ ਭਾਈ ਆਪਾਂ ਬਾਬੇ ਆ ਬਿਲਕੁਲ ਬਿਲਕੁਲ ਇਹ ਕਿਹੜੇ ਕਲਾਕਾਰ ਆਲਾ ਲੱਗਦਾ ਯਾਰ ਕੀ ਨਾ ਕਲਾਕਾਰ ਨਹੀਂ ਆਪਾਂ ਬਾਜੀ ਬਾਬੇ ਆ ਆਪਾਂ ਬਾਬਾ ਕੰਮ ਸ਼ੁਰੂ ਕੀਤਾ ਸੀ ਅੱਛਾ ਉਹ ਕਾਮਯਾਬ ਨਹੀਂ ਹੋਇਆ ਚੱਲ ਪਿਆ ਹਾਂ ਸੰਗਤ ਜੁੜ ਗਈ ਹਾਂ ਜਦੋਂ ਬਾਜੀ ਫੇਰ ਆਪਾਂ ਨੂੰ ਪਤਾ ਲੱਗਾ ਕਿ ਆਪਣੇ ਭਰਾ ਇੱਥੇ ਜਾ ਰਹੇ ਆ ਆਪਣਾ ਛੋਟਾ ਜਿਹਾ ਸੀਗਾ ਕੰਮ ਚੱਲ ਰਿਹਾ ਮਤਲਬ ਉੱਥੇ ਚੜਾਵਾ ਬੰਦ ਹੋ ਗਿਆ ਤੇ ਫਿਰ ਤੁਸੀਂ ਇੱਧਰ ਨੂੰ ਆਗਾ ਆਪਾਂ ਡੇਰਾ ਹੀ ਵੇਚ ਦਿੱਤਾ ਭਾਜੀ ਅੱਛਾ ਫੇਰ ਠੀਕ ਆ ਸਾਰੇ ਪੈਸੇ ਮੋਦੀ ਨੇ ਵੇਚ ਦਿੱਤਾ ਕਿ ਤੁਸੀਂ ਵੇਚ ਦਿੱਤਾ ਆਪਾਂ ਹੀ ਵੇਚਤਾ ਆਪਾਂ ਇੱਥੇ ਲਾਤਾ ਮੈਂ ਫਿਰ ਮੋਦੀ ਨੇ ਬਗਾਤਾ ਨਹੀਂ ਨਹੀਂ ਪੈਸੇ ਇੱਥੇ ਲਾਤੇ ਪੈਸੇ ਇੱਥੇ ਲਾਤੇ ਫਿਰ ਜਿੱਤ ਗਏ ਦੁਬਾਰਾ ਵਧੀਆ ਜਿਹਾ ਪਾਵਾਂਗੇ ਡੇਰਾ ਅੱਗੇ ਜੁੜ ਗਈ ਹੁਣ ਨਾਲ ਸਹੀ ਹੈ ਸਹੀ ਹੈ ਚਾਰ ਪੰਜ ਬਾਬੇ ਆਪਾਂ ਹੋਰ ਲੈ ਆਵਾਂਗੇ ਆਪਣੇ ਵਰਗੇ ਸਹੀ ਹੈ ਸਹੀ ਹੈ ਕੰਮ ਸ਼ਾਇਦ ਚੱਲ ਪਵੇ ਨਹੀਂ ਹੈ ਸਹੀ ਹੈ ਚੱਲ ਫਿਰ ਚੱਲ ਇਹ ਕੰਮ ਬਾਬੇ ਵਾਧੂ ਆ नशीली चीज सेट तो सानू ही फड़ असि बहुत गौर रखते हैं यकीन नहीं करना कल दे टाइम वीडियो बनाते बनाओ इतो बंदा तारा कट गया सारिया दिया असि भाजड़ा पातिया भाजी बहुत जोर लाया मतबल ये आ कि बंदा साढ़े हाथ नहीं आया अपनी
ਕਿਸੇ ਦੀ ਗੱਲ ਨਹੀਂ ਬੰਦੇ ਮੈਨੂੰ ਕਹਿਣ ਲੱਗ ਪਏ ਤੂੰ ਕਿਹਨੂੰ ਮੰਨਦਾ ਕਿਹਨੂੰ ਮੰਨਦਾ ਤੇ ਆਪਾਂ ਸਾਰੇ ਧਰਮ ਲਿਖਾਤੇ ਭਾਜੀ ਆਪਾਂ ਕਿਹਾ ਸਾਂਝੀ ਵਾਰਤਾ ਦਾ ਆਪਾਂ ਦਿੰਦੇ ਉਪਦੇਸ਼ ਆਹ ਦੇਖ ਲਓ ਆਹ ਪ੍ਰਭੂ ਜੀਸੂ ਦਾ ਜੈ ਬਾਬੇ ਦੀ 786 ਏਕਮਕਾਰ ਆਹ ਗਣੇਸ਼ ਦਾ ਆਹ ਸ਼ਿਵ ਜੀ ਦਾ ਥੱਲੇ ਜੈ ਮਾਤਾ ਦੀ ਉਹਦੇ ਥੱਲੇ ਲਿਖਿਆ ਗੋਡ ਇਜ਼ ਵਨ ਇਹ ਸਾਫ ਵਾ ਜਦੋਂ ਰਿਸ਼ਤੇਦਾਰਾਂ ਦੇ ਜਾਣਾ ਕਿੱਦਾਂ ਭਾਜੀ ਜਦੋਂ ਬਾਬੇ ਬੀਬੀਆਂ ਕੋਲ ਜਾਣਾ ਆ ਬੱਚਾ ਜੀ ਸਹੀ ਗੱਲ ਆ ਜੱਸਾ ਕਿੱਦਾਂ ਰਹੇ ਘਰ ਵਿਚ ਇੱਕ ਅੱਧਾ ਤਾਂ ਦੁੱਖ ਹੁੰਦਾ ਹੀ ਆ ਹਰੇਕ ਬੰਦੇ ਨੂੰ ਹੁੰਦਾ ਆ ਆਪਾਂ ਉਹ ਚੀਜ਼ ਦੱਸ ਦੇਣੀ ਆ ਬਾਬੇ ਕਾਮਯਾਬ ਲਿਖਾਵਾਂਗੇ ਬਾਬੇ ਨੇ 1000 ਵਾਲਾ ਕੰਮ ਕਰਤਾ ਮੇਰੇ ਭਰਾਵੋ ਬਾਬਿਆਂ ਵਾਲੀ ਚਾਹ ਸਾਡੇ ਕੋਲ ਇੱਕ ਬਾਬਾ ਹੋਇਆ ਕਹਿੰਦਾ ਪੁੱਤ ਮੈਥੋਂ ਤੁਰ ਨਹੀਂ ਹੁੰਦਾ ਮੈਂ ਸਪੈਸ਼ਲ ਕਾੜਾ ਬਣਾ ਕੇ ਚਾਹ ਦਿੱਤੀ ਉਹ ਕਹਿੰਦਾ ਭਗਤ ਮੈਥੋਂ ਤਾਂ ਤੁਰ ਹੋ ਗਿਆ ਤੂੰ ਏਦਾਂ ਕਰ ਸਾਰੇ ਵਾਲੇ ਬਣਾ ਦੇ ਹੁਣ ਆਪਾਂ ਕਾਲੇ ਵਾਲਾ ਪਤੀਲਾ ਭੜ ਕੇ ਬਣਾ ਦਿੱਤਾ ਹੁਣ ਪੀਓ ਕਾਲੇ ਵਾਲੀ ਚਾਹ ਇਹ ਚਾਹ ਪੱਤੀ ਇੰਗਲੈਂਡ ਅਮੈਰੀਕਾ ਕਨੇਡਾ ਤੋਂ ਆਈ ਆ ਤਾਂ ਕਰਕੇ ਇਹਦਾ ਨਾਂ ਰੱਖਤਾ ਜਹਾਜ਼ਾਂ ਵਾਲੀ ਚਾਹ ਜਹਾਜ਼ਾਂ ਵਾਲੀ ਚਾਹ ਮੇਰੇ ਭਰਾਵੋ ਬਾਬਿਆਂ ਵਾਲੀ ਚਾਹ ਸਾਡੇ ਕੋਲ ਇੱਕ ਬਾਬਾ ਆਇਆ ਕਹਿੰਦਾ ਪੁੱਤ ਮੈਥੋਂ ਤੁਰ ਨਹੀਂ ਹੁੰਦਾ ਮੈਂ ਸਪੈਸ਼ਲ ਕਾੜਾ ਬਣਾ ਕੇ ਚਾਹ ਦਿੱਤੀ ਉਹ ਕਹਿੰਦਾ ਭਗਤਾ ਮੈਥੋਂ ਤਾਂ ਤੁਰ ਹੋ ਗਿਆ ਤੂੰ ਏਦਾਂ ਕਰ ਸਾਰੇ ਵਾਲੇ ਬਣਾ ਦੇ ਹੁਣ ਆਪਾਂ ਕਾਲੇ ਵਾਲਾ ਪਤੀਲਾ ਭੜ ਕੇ ਬਣਾ ਦਿੱਤਾ ਹੁਣ ਪੀਓ ਕਾਲੇ ਵਾਲੀ ਚਾਹ ਇਹ ਚਾਹ ਪੱਤੀ ਇੰਗਲੈਂਡ ਅਮੈਰੀਕਾ ਕਨੇਡਾ ਤੋਂ ਆਈ ਆ ਤਾਂ ਕਰਕੇ ਇਹਦਾ ਨਾਂ ਰੱਖਤਾ ਜਹਾਜ਼ਾਂ ਵਾਲੀ ਚਾਹ ਜਹਾਜ਼ਾਂ ਵਾਲੀ ਚਾਹ ਅਸੀਂ ਇਸ ਟਾਈਮ ਉਸ ਸਟੇਜ 'ਤੇ ਜਾਣਾ ਚਾਹੁੰਦੇ ਸੀ ਜਿੱਥੇ ਉਸ ਦਿਨ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਸਟੇਜ ਦੇ ਉੱਪਰ ਹਮਲਾ ਕੀਤਾ ਗਿਆ ਜਾਂ ਫਿਰ ਜਿਹੜੀ ਵੀ ਹੱਥੋਂ ਪਾਈ ਹੋਈ ਆ ਆਰ ਐੱਸ ਐੱਸ ਦੇ ਗੁੰਡਿਆਂ ਦੇ ਨਾਲ ਅਤੇ ਬਟ ਇਹ ਰਾਹ ਪਹਿਲਾਂ ਖੁੱਲ੍ਹਾ ਹੁੰਦਾ ਸੀਗਾ ਅਤੇ 26 ਤੋਂ ਬਾਅਦ ਇੱਥੋਂ ਰਾਹ ਬੰਦ ਕਰ ਦਿੱਤਾ ਗਿਆ ਅਤੇ ਉਹ ਦੂਸਰੀ ਸਾਈਡ ਇੱਕ ਸਟੇਜ ਆ ਜਿਹੜੀ ਸਟੇਜ 'ਤੇ ਮਤਲਬ ਇੱਧਰੋਂ ਜਾ ਨਹੀਂ ਸਕਦੇ ਆਪਾਂ ਉਹ ਦੂਸਰੀ ਸਾਈਡ ਤੋਂ ਕਿਤੇ ਘੁੰਮ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਤਾਂ ਸਮੇਂ ਤੋਂ ਬਾਹਰ ਆ ਕਿ ਉੱਧਰ ਆਪਣੇ ਬੰਦਿਆਂ ਦੀ ਸਟੇਜ ਆ ਅਤੇ ਉੱਧਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਦੂਸਰੀ ਸਾਈਡ ਦੀ ਜਾਣ ਦੀ ਕੋਸ਼ਿਸ਼ ਕਰਦੇ ਹਾਂ ਹੋਰ ਕੋਈ ਰਾਹ ਲੱਭਦੇ ਹਾਂ ਉਹੀ ਸਟੇਜ ਆ ਜੀ ਜਿਹੜੀ ਸਟੇਜ ਦੇ ਬੋਰੇ ਫਾਹਾਂ ਫੈਲੀਆਂ ਸੀ ਕਿ ਪੁਲਿਸ ਨੇ ਚੁਕਾ ਦਿੱਤੀ ਆ ਸਾਡੀ ਜੜ ਚ ਬੈਠੇ ਹੋਏ ਆ ਸਾਡੀ ਖੇਤੀ ਤਬਾਹ ਕਰਨ ਵਾਲੇ ਆ ਸਾਡਾ ਭਵਿੱਖ ਤਬਾਹ ਕਰਨ ਵਾਲੇ ਆ ਸਾਡੀਆਂ ਜ਼ਮੀਨਾਂ ਵੱਡੇ ਕਾਰਨ ਜਿਹੜਾ ਭੇਜ ਰਹੇ ਆ ਦੂਸਰੇ ਪਾਸੇ ਇਸ ਤੋਂ ਆਪਣਾ ਰਣਜੀਤ ਸਿੰਘ ਨਵੇਂ ਸ਼ਹਿਰ ਦਾ ਇੱਥੋਂ ਫੜ ਕੇ ਜਦੋਂ ਉਹ ਇੱਥੋਂ ਆਪਣਾ ਖੜਾ ਸੀ ਉਹਨੂੰ ਪੁਲਿਸ ਨੇ ਦੂਗੇ ਖੜਿਆ ਉਹਨੂੰ ਜਿਹੜਾ ਸਿਰ ਤੋਂ ਸਾਦੇ ਪਰਚਿਆਂ ਦੇ ਵਿੱਚ ਹੋਰ ਭਰਾਵਾਂ ਨੂੰ ਤੋੜ ਕੇ ਉਹਨੂੰ ਜੇਲ੍ਹ ਭੇਜਦਾ ਗਿਆ ਹੋਰ ਜਿਹੜੇ ਨਿੱਕੇ ਫੁੰਕਰ ਸਾਹ ਦਾ ਗੁਪਤਾ ਆਇਆ ਜਾਂ ਉੱਧਰ ਗਏ ਆਪਣੇ ਕਿਸੇ ਕੰਮ ਨਾਉਣ ਤੋੜ ਗਏ ਆ ਉਹ ਫੜ ਕੇ ਇਹਨਾਂ ਨੇ ਵੱਡੀ ਗਿਣਤੀ 'ਚ ਅਮੀਰਪੁਰ ਥਾਣੇ 'ਚ ਦੇ ਕੇ ਉਹਨਾਂ ਨੂੰ ਪਰਚਿਆਂ 'ਚ ਪਾਇਆ ਜਾ ਰਿਹਾ ਅਤੇ ਪ੍ਰਕਾਟ ਭਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਵਾੜਾ ਤੱਕ ਮੋਦੀ ਦੀ ਸਰਕਾਰ ਛੁਗੀ ਆ ਬਿਲਕੁਲ ਥੋੜੇ ਲੈਵਲ ਤੇ ਮੋਦੀ ਦੀ ਸਰਕਾਰ ਚੱਲ ਗਈ ਆ ਬਿਲਕੁਲ
ਦੇਖੋ ਜੀ ਇੱਕ ਪਾਸੇ ਮਿਲਟਰੀ ਲੱਗੀ ਆ ਤੇ ਹੱਲੇ ਵੀ ਸਾਡੇ ਜਿਹੜੇ ਬਜ਼ੁਰਗ ਆ ਲੰਗਰ ਦੀ ਸੇਵਾ ਬੀਬੀਆਂ ਮਤਲਬ ਸਬਜ਼ੀ ਦੀ ਦਾਲ ਸਬਜ਼ੀ ਦੀ ਤਿਆਰੀ ਹੋ ਰਹੀ ਆ ਇਸ ਸੰਘਰਸ਼ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜਾ ਲੰਗਰ ਪੱਕਦਾ ਅਤੇ ਉਹ ਜਿਹੜੀ ਫੌਜ ਲੱਗੀ ਆ ਉਹ ਫੌਜ ਵੀ ਇੱਥੋਂ ਹੀ ਲੰਗਰ ਛੱਕਦੀ ਆ ਅਤੇ ਜਦੋਂ ਡੰਡੇ ਮਾਰ ਰਹੇ ਹੁੰਦੇ ਆ ਜਾਂ ਲਾਠੀ ਚਾਰਜ ਕਰਨਾ ਹੁੰਦਾ ਉਹੀ ਫੌਜ ਇਹਨਾਂ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਕਰਦੀ ਆ ਦੇਖ ਸਕਦੇ ਹਾਂ ਇੱਕ ਪਾਸੇ ਪੁਲਿਸ ਇੱਕ ਪਾਸੇ ਕਿਸਾਨ ਬਈ ਆਰਡਰ ਤੇਰਾ ਚੱਲਦਾ ਲੱਗਦਾ ਇਧਰਲੇ ਪਾਸੇ ਹਾਂਜੀ ਆਰਡਰ ਤੇਰਾ ਹੀ ਚੱਲਦਾ ਲੱਗਦਾ ਭਰਾ ਜੀ ਆਪਣੇ ਉਹ ਭਰਾ ਜੀ ਆਪਣੇ ਸਾਰੇ ਆ ਉਹਦਾ ਹੱਥ ਮਖੌਲਾ ਲੱਗੇ ਰਹੀਦਾ ਸਹੀ ਹੈ ਸਹੀ ਹੈ ਤੇ ਤੁਸੀਂ ਇੱਧਰ ਕੱਲ੍ਹ ਪੁਲਿਸ ਦੇ ਮਿਲਟਰੀ ਦੇ ਆਹਮਣੇ ਸਾਹਮਣੇ ਕਾਹਤੇ ਇੱਦਾਂ ਖੜੇ ਕੱਲ੍ਹ ਆਪਣਾ ਹੋ ਗਿਆ ਹੈ ਨਾ ਵਲੰਟੀਅਰ ਹਾਂ ਕੱਲ੍ਹ ਪਰਸੋਂ ਆਪਣਾ ਇੱਥੇ ਬਹੁਤ ਝੜਫ ਹੋਈ ਆਪਣੇ ਠੀਕ ਹੈ ਹਾਂਜੀ ਹਾਂਜੀ ਅਤੇ ਉਸ ਤੋਂ ਬਾਅਦ ਤੁਸੀਂ ਵਲੰਟੀਅਰ ਇਸ ਤਰ੍ਹਾਂ ਮਤਲਬ ਇਹਨਾਂ ਦੇ ਮਿਲਟਰੀ ਦੇ ਮੂਹਰੇ ਖੜੇ ਆ ਮਿਲਟਰੀ ਮੂਹਰੇ ਉਹਨਾਂ ਦਾ ਪਤਾ ਨਹੀਂ ਨਾ ਕੋਈ ਕਦੋਂ ਆ ਸਕਦੇ ਆ ਕੋਈ ਇਹਨਾਂ ਦਾ ਡਿਸਪਲਨ ਨਹੀਂ ਹੈਗਾ ਆਰ ਐਸ ਐਸ ਵਾਲੇ ਠੀਕ ਹੈ ਉਹਦੇ ਥਰੂ ਖੜੇ ਆਪਾਂ ਤੇ ਫਿਰ ਇਹ ਸਾਰੀ ਮਿਲਟਰੀ ਉਹਨਾਂ ਦਾ ਸਾਥ ਦਿੰਦੀ ਉਸ ਵੇਲੇ ਕੀ ਹੁੰਦਾ ਹਾਂਜੀ ਉਹਨਾਂ ਦਾ ਜਿਹੜੇ ਪਰਸੋਂ ਆਏ ਆ ਉਹ ਮਿਲਟਰੀ ਕਾਹਦੀ ਸੀਗੀ ਉਹ ਵਰਦੀਆਂ ਪਾ ਕੇ ਆਏ ਸੀਗੇ ਮਿਲਟਰੀ ਹੋਣ ਲੱਗੀ ਹੈ ਪਰ ਹਜੇ ਵੀ ਹੁਣ ਪਤਾ ਲੱਗੇਗਾ ਜਦੋਂ ਲੱਗ ਗਿਆ ਉਹਦੇ ਸਾਥ ਦੇ ਜ਼ਿਕਰ ਇਹਨਾਂ ਦੇ ਹਾਂਜੀ ਹਾਂਜੀ ਇੱਕ ਜੀ ਹੋਰ ਜਿਹੜੀ ਇਹ ਮਿਲਟਰੀ ਦਾ ਉਦਨ ਜੋ ਵੀ ਪੁਲਿਸ ਵਾਲਿਆ ਇਹ ਇੱਥੋਂ ਹੀ ਤੁਹਾਡੇ ਕੋਲੇ ਲੰਗਰ ਚੱਕ ਕੇ ਯਾਰ ਤੁਹਾਡੇ ਲੰਗਰ ਮਾਰੀ ਜਾਂਦੇ ਉਹ ਤਾਂ ਕਿਹਾ ਨਾ ਹੁਣ ਇਹ ਪਤਾ ਨਹੀਂ ਨਾ ਉਦਨ ਜਿਹੜੀ ਆਈ ਮਿਲਟਰੀ ਉਹ ਉਹਨਾਂ ਦੀ ਵਰਦੀ ਪਾ ਕੇ ਉਸਨੇ ਖੋਤੇ ਵੱਟੇ ਮਾਰੇ ਠੀਕ ਹੈ ਅਤੇ ਜਿਸ ਤਰ੍ਹਾਂ ਮੀਡੀਆ ਤੁਹਾਨੂੰ ਦੱਸ ਰਿਹਾ ਸੀ ਕਿ ਸਿੰਘੂ ਮੋਰਚੇ ਦੇ ਉੱਪਰੋਂ ਕਿਸਾਨਾਂ ਦਾ ਮੋਰਚਾ ਖਤਮ ਹੋ ਗਿਆ ਹੈ ਅਤੇ ਕਿਸਾਨ ਇੱਥੇ ਚਲੇ ਗਏ ਆ ਤੁਸੀਂ ਦੇਖ ਸਕਦੇ ਆ ਨਿਰੰਤਰ ਉਸੇ ਤਰ੍ਹਾਂ ਸੇਵਾ ਚੱਲ ਰਹੀ ਹੈ ਅਤੇ ਨਿਰੰਤਰ ਲੰਗਰ ਚੱਲ ਰਹੇ ਆ ਦੇਖੋ ਤੁਹਾਡੇ ਸਾਹਮਣੇ ਲੱਕੜਾਂ ਦਾ ਟਰੱਕ ਆ ਗਿਆ ਅਤੇ ਲੱਕੜਾਂ ਦੇ ਟਰੱਕ ਦੀ ਸੇਵਾ ਹੋ ਰਹੀ ਹੈ ਜੀ ਅਤੇ ਨੰਬਰ 2 'ਤੇ ਮੇਨ ਚੀਜ਼ ਇੱਥੇ ਇੰਟਰਨੈਟ ਬੰਦ ਹੋਣ ਕਰਕੇ ਵੀ ਨਾ ਬਹੁਤ ਦੂਜੀਆਂ ਮਤਲਬ ਅਫਵਾਹਾਂ ਫੈਲ ਰਹੀਆਂ ਇਸ ਕਰਕੇ ਅਫਵਾਹਾਂ ਤੋਂ ਬਚੋ ਵੱਧ ਤੋਂ ਵੱਧ ਕਿਸਾਨੀ ਸੰਘਰਸ਼ ਦੇ ਨਾਲ ਜੁੜੋ ਅਤੇ ਇਸ ਮੋਰਚੇ ਨੂੰ ਕਾਮਯਾਬ ਬਣਾਈਏ ਜੀ ਬਾਬਾ ਜੀ ਕਿੱਥੋਂ ਆਏ ਆ ਜੀ ਮੈਂ ਜੀ ਪਿੰਡ ਕਾਲਗੜ੍ਹ ਜ਼ਿਲ੍ਹਾ ਲੁਧਿਆਣਾ ਸਾਈਕਲ ਤੇ ਆਏ ਆ ਹਾਂਜੀ ਸਾਈਕਲ ਤੇ ਇੱਧਰ ਆ ਜਾਓ ਇੱਧਰ ਸਾਈਕਲ ਤੇ ਬਾਈ ਇੱਕ ਚੀਜ਼ ਦੇਖਣ ਵਾਲੀ ਪਹਿਲਾਂ ਮੈਂ ਦੇਖੀ ਨਹੀਂ ਉਹ ਕਹਿ ਰਹੇ ਪਛੜਾ ਆ ਬਾਈ ਦਾ ਪੈਰ ਵੀ ਨਕਲੀ ਆ ਯਾਰ ਹਲੇ ਵੀ ਜਿਹੜੇ ਘਰਾਂ 'ਚ ਬੈਠੇ ਆ ਨਾ ਉਹਨਾਂ ਲਈ ਆ ਸੇਧ ਆ ਬਾਈ ਸਾਈਕਲ ਤੋਂ ਆਇਆ ਸਾਈਕਲ 'ਤੇ ਆਇਆ ਲੁਧਿਆਣਾ ਕਿਹੜਾ ਪਿੰਡ ਜੀ ਪਿੰਡ ਕਾਲਗੜ੍ਹ ਕਲਾਂ ਜ਼ਿਲ੍ਹਾ ਲੁਧਿਆਣਾ ਜੀ ਦੋ ਤਿੰਨ ਦਿਨ ਹੋ ਗਏ ਆਏ ਅੱਛਾ ਦੋ ਤਿੰਨ ਦਿਨ ਹੋ ਗਏ 31 ਘੰਟੇ 45 ਮਿੰਟ 'ਚ ਸਾਈਕਲ ਉਹਰੇ ਲਾਤਾ 31 ਘੰਟੇ 45 ਮਿੰਟ ਸਾਈਕਲ 'ਤੇ ਆ ਗਏ ਸੀਗੇ ਅਤੇ ਬਾਈ ਆਹ ਚੀਜ਼ ਉਹ ਤੋਂ ਦੇਖਣ ਵਾਲੀ ਆ ਅਤੇ ਬਾਈ ਦਾ ਪੈਰ ਵੀ ਇੱਕ ਆ ਅਤੇ ਇੱਕ ਪੈਰ ਨਕਲੀ ਆ ਅਤੇ ਬਾਈ ਸਾਈਕਲ 'ਤੇ ਲੁਧਿਆਣੇ ਤੋਂ ਆਇਆ ਹੋਇਆ ਸਲੂਟ ਆ ਬਾਈ ਇਹਨੂੰ ਇਹਨਾਂ ਨੇ ਸਾਰਾ ਬੇੜਾ ਗਰਕ ਕਰਤਾ ਦੇਖਤਾ ਇਹਦੇ ਆਉਣ ਵਾਲੇ ਹੁਣ ਪਤਾ ਸਾਨੂੰ ਲੱਗਦਾ ਇਹ ਕਾਨੂੰਨ
ਛੱਟੀਆਂ ਹਾਲਾਂ ਤੋਂ ਲਾਗੂ ਹੋਣ ਡਏ ਸੀ ਜਿਹੜੇ ਹੁਣ ਉਹ ਸਿਮਰਨਜੀਤ ਤਾਕਤ ਕਰਨ ਵਾਲੀ ਹੁਣ ਵਿਰੋਧ ਕਰਨ ਵਾਲੀ ਬਿਲਕੁਲ ਬਿਲਕੁਲ ਉਹਨੇ ਉਸ ਦਿਨ ਕਿਉਂ ਤਾਕਤ ਕੀਤੀ ਉਸ ਦਿਨ ਅਸਤੀਫਾ ਦੇ ਦਿੰਦੀ ਹੀਰੋ ਬਣ ਜਾਂਦੀ ਕਿਸਾਨਾਂ ਦੀ ਹੁਣ ਤਾਂ ਸਾਰੇ ਹੀ ਤੁਰ ਪਏ ਨੇ ਮੈਂ ਵੀ ਕਿਸਾਨ ਹਾਂ ਮੈਂ ਵੀ ਕਿਸਾਨ ਹਾਂ ਕੋਈ ਵੀ ਵੀਰੇ ਰਸਤਾ ਬੰਦ ਹੁੰਦਾ ਹੈ ਉਹ ਰਸਤਾ ਖੋਲ੍ਹਣਾ ਔਖਾ ਉਹ ਰਸਤੇ ਮਗਰ ਤਾਂ ਸਾਰੇ ਹੀ ਤੁਰ ਆਉਂਦੇ ਬਿਲਕੁਲ ਜੀ ਬਿਲਕੁਲ ਉਹ ਸਾਨੂੰ ਪਤਾ 26 ਤਰੀਕ ਜੇਲ੍ਹ 'ਤੇ ਕੀ ਹੋਇਆ 27 ਨੂੰ ਇੱਥੇ ਕੀ ਹੋਇਆ ਕਿਸ ਤਰ੍ਹਾਂ ਇਹ ਹੱਕੋਂ ਸੜ ਕੇ ਗੋਲੇ ਮਾਰਨ ਡਿਆ ਸੀ ਕਿਵੇਂ ਅਥਰੂ ਗੈਸ ਮਾਰਨ ਡਿਆ ਸੀ ਉਹਦੇ ਕਲਗੀਆਂ ਵਾਲੇ ਦੀ ਧਰਤੀ ਮਹਾਰਾਜ ਨੇ ਵੇਖੋ ਗੋਲੇ ਮਾਰਦੇ ਧੂੰ ਵਾਲੇ ਹਵਾ ਹੀ ਆਉਣ ਉਹਨਾਂ ਦਾ ਗੋਲਾ ਤਾਂ ਧੂੰ ਹੀ ਉਹਦੇ 'ਤੇ ਅਤੇ ਤੁਸੀਂ ਦੇਖ ਲਿਆ ਸਿੱਕੂ ਬਾਰਡਰ ਦੇ ਇਸ ਵੇਲੇ ਸਾਰੇ ਕੀ ਹਾਲਾਤ ਆ ਅਤੇ ਹੁਣ ਅਸੀਂ ਛੱਕ ਲਈਏ ਪ੍ਰਸ਼ਾਦਾ ਅਤੇ ਬਾਅਦ ਵਿੱਚ ਥੋੜ੍ਹੀ ਸੇਵਾ ਕਰਾ ਲਈਏ ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਅਤੇ ਜਿਨ੍ਹਾਂ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਪਲੀਜ਼ ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ।